ਭਾਜੀ ਅਸੀਂ 10 ਗੋਤਾ ਹੋਰ ਲੱਭਦੇ ਪਏ ਸੀਗੇ, ਡੈਡ ਬੋਡੀ ਲੱਭੀ ਨਹੀਂ ਆਪਾਂ ਨੂੰ। ਬਾਕੀ ਤੁਹਾਨੂੰ ਪਤਾ ਉਹ ਜਿਹੜੇ ਬਾਬੇ ਆਏ ਆ ਬੋਟਾ ਲੈ ਕੇ, ਉਹ ਲੱਭਦੇ, ਨਾਲ ਮੇਰੇ 10 ਗੋਤਾ ਹੋਰ ਸੀਗੇ। ਠੀਕ ਹੈ ਜੀ, ਰਿੰਕੂ ਸਿੰਘ ਮਹਿਰਾ, ਰਾਮੂ ਰਾਮ ਬਾਬੂ ਸ਼ੋਕ ਇੱਥੇ ਦੇ ਘਰ ਦੇ ਪ੍ਰਧਾਨ ਆ ਹੈ। ਠੀਕ ਹੈ ਜੀ, ਅਸੀਂ ਸਾਰਿਆਂ ਨੇ ਪੂਰਾ ਜ਼ੋਰ ਲਾਇਆ ਆਪਣਾ, ਤੇ ਨਾਲ ਬਾਬੇ ਸਾਡੇ ਨਾਲ ਅਟੈਚ ਹੋ ਗਏ, ਸਾਰੇ ਲੱਭਦੇ ਰਹੇ ਅਸੀਂ। ਤਾਂ ਅੱਜ ਇੱਕ ਡੈਡ ਬੋਡੀ ਲੱਭੀ ਆ ਗੋਂਦਵਾਲ ਕੋਲੋਂ, ਇੱਕ ਉੱਥੋਂ ਥੱਲੇ ਲੱਭੀ ਹੈ। ਹਜੇ ਫਿਰ ਵੀ ਆਪਣੇ 10-12 ਬੰਦੇ ਥੱਲੇ ਗਏ ਆ ਬੋਟਾ ਲੈ ਗਏ। ਠੀਕ ਹੈ ਜੀ, ਬਾਕੀ ਤੁਹਾਨੂੰ ਪਤਾ ਹੀ ਹੈ ਕਿ ਨਾ ਉਹਨਾਂ ਦਾ ਬਾਬੇ, ਉਹ ਹਾਂਜੀ ਉਹ ਗਏ ਆ ਨਾਲ ਨਾਲ ਆਪਣੇ ਗੋਤਾਖੋਰ ਵੀ ਗਏ ਆ। ਹਾਂਜੀ, ਜਿਹੜਾ ਹੈਗਾ 4 ਦਿਨ ਤੋਂ ਇਵੇਂ ਸੀਗਾ, ਆਪਰੇਸ਼ਨ ਚੱਲ ਰਿਹਾ ਸੀਗਾ। ਹਾਂਜੀ ਹਾਂਜੀ, 3 ਦਿਨ ਪਹਿਲਾਂ ਵੀ ਭਾਲ ਜਿਹੜੀ ਹੈਗੀ ਤੁਹਾਡੇ ਵੱਲੋਂ ਵੀ? ਹਾਂਜੀ, ਅਸੀਂ 2 ਦਿਨ ਲਾਏ ਆ ਲੱਭਦੇ ਲੱਭਦੇ, ਅਸੀਂ 2 ਦਿਨ ਪੂਰਾ ਜ਼ੋਰ ਲਾਇਆ ਲੱਭਦੇ ਲੱਭਦੇ, ਮੈਂ ਰਾਮੂ ਤੇ ਨਾਲ ਜਿਹੜੀ ਸਾਡੀ ਟੀਮ ਸੀਗੀ। ਠੀਕ ਆ, ਫਿਰ ਨਹੀਂ ਸਾਨੂੰ 1 ਦਿਨ ਲੱਭੇ, ਤੇ 10 ਦਿਨ ਬਾਅਦ ਜਿੱਦਾਂ 10 ਬੰਦੇ ਸਾਡੇ ਤੇ ਨਾਲ ਸ਼ੋਕ, ਨਾਲੇ ਸ਼ੋਕ ਪ੍ਰਧਾਨ, ਹਾਂ ਜਿੰਨੀ ਟੀਮ ਸੀਗੀ ਲੱਭਦੇ ਰਹੇ, ਨੈਚੁਰਲ ਵੇੜੀ ਜਾਂਦੇ ਆਪਣੇ। ਠੀਕ ਹੈ, ਜੋ ਗੱਲ ਨਹੀਂ ਬਣੀ ਫਿਰ ਉਹਨਾਂ ਨੂੰ ਬੁਲਾਇਆ ਬਾਬਿਆਂ ਨੂੰ ਅਸੀਂ। ਹੁਣ ਹਲੇ 2 ਨੌਜਵਾਨ ਰਹਿੰਦੇ ਨੇ ਹਲੇ? ਹਾਂਜੀ ਹਾਂਜੀ, ਦੋ ਇੱਕ ਲੱਭੀ ਆ ਗੋਂਦਵਾਲ ਤੋਂ, ਇੱਕ ਥੱਲੇ ਲੱਭੀ ਆ, ਬੰਦੇ ਹਜੇ ਤੱਕ ਉੱਥੇ ਹੀ ਆ। ਇੱਕ ਬੋਡੀ, 2 ਬੋਡੀਆਂ ਜਿੱਦਾਂ ਨਹੀਂ ਲੱਭੀਆਂ, ਫਿਰ ਵੀ ਉਹ ਲੱਭਣ ਗਏ ਆ, ਕੀ ਪਤਾ 15 ਮਿੰਟ ਬਾਅਦ ਫੋਨ ਆ ਜਾਵੇ ਜਾਂ 1/2 ਘੰਟੇ ਬਾਅਦ, ਤੇ ਆਪਾਂ ਨੂੰ ਉਹ ਦੱਸ ਸਕਦੇ ਵੀ ਹਾਂ ਜਾਂਦੀਆਂ। ਫਿਰ ਤੁਹਾਨੂੰ ਪਤਾ 4 ਦਿਨ ਡੈਡ ਬੋਡੀ ਜਿੱਦਾਂ ਥੱਲੇ ਰਹਿ ਗਈ ਜ਼ਮੀਨ ਤੇ, ਹੁਣ ਇਹ ਤੋਂ ਬਹੁਤ ਦੂਰ ਰੁੜ ਗਈਆਂ। ਉਹਦੇ ਬਾਅਦ ਦੇ ਵਿੱਚ ਨਾ ਪਾਣੀ ਆਪਣਾ ਠੰਡਾ ਕਰਕੇ ਬਿਆਸ ਦੇ ਆਦਾ, 4 ਦਿਨ ਬਾਅਦ ਉੱਤੇ ਜਿਹੜੀ ਜਿਹੜੀ ਆ ਗਈ ਆ ਹਰਕਤ ਕਰ ਲਈ ਆ। ਬਾਕੀ ਹੁਣ ਕੱਲ ਸਵੇਰ ਤੱਕ 4 ਹੀ ਹੋ ਜਾਣੀ ਆ, 2 ਲੱਭ ਗਈਆਂ ਵਾ, ਕੀ ਪਤਾ ਅੱਜ ਹੀ ਲੱਭ ਜਾਣ ਸਾਰੀਆਂ। ਕਿੰਨਾ ਕੁ ਕਿਲੋਮੀਟਰ ਏਰੀਆ ਪੈ ਜਾਂਦਾ ਅੱਗੇ ਤੱਕ? ਇਹ ਤੁਹਾਨੂੰ ਪਤਾ ਹੋਣਾ ਭਾਜੀ, ਇੱਥੋਂ ਕਿੰਨਾ ਗੋਂਦਵਾਲ, 40 ਕਿਲੋਮੀਟਰ ਗੋਂਦਵਾਲ ਹੋਣਾ, ਉੱਥੋਂ ਥੱਲੇ ਗਏ ਆ ਬਾਕੀ ਹਰੀਕੇ ਤੱਕ ਜਿਹੜੇ ਬਾਬੇ ਆ, ਤੁਹਾਨੂੰ ਪਤਾ ਹੀ ਆ ਬਾਬਾ ਜੀ ਉਹ ਮਨਜੋਤ ਸਿੰਘ ਜੀ। ਹਾਂਜੀ, ਉਹ ਥੱਲੇ ਗਏ ਬੋਟਾ ਲੈ ਕੇ, 2 ਬੋਡੀਆਂ ਲੱਭ ਗਏ, ਉਹ ਥੱਲੇ ਗਏ ਆ ਲੱਭਣ। ਹਾਂਜੀ, ਬੀਤੇ 4 ਦਿਨ ਪਹਿਲਾਂ ਜਲੰਧਰ ਤੋਂ 50 ਸ਼ਰਧਾਲੂਆਂ ਦਾ ਜੱਥਾ ਜੋ ਕਿ ਦਰਿਆ ਬਿਆਸ ਕੰਢੇ ਮੂਰਤੀ ਵਿਸਰਜਨ ਕਰਨ ਦੇ ਲਈ ਆਇਆ ਸੀਗਾ। ਇਸ ਦੌਰਾਨ ਇੱਕ ਵੱਡਾ ਹਾਦਸਾ ਜਿਹੜਾ ਸੀਗਾ ਉਹ ਵਾਪਰ ਗਿਆ, ਜਿਸ ਦੌਰਾਨ 4 ਜਿਹੜੇ ਨੌਜਵਾਨ ਸੀਗੇ ਉਹ ਬਿਆਸ ਦਰਿਆ ਦੇ ਵਿੱਚ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀ ਭਾਲ ਦੇ ਲਈ ਪੁਲਿਸ ਪ੍ਰਸ਼ਾਸਨ, ਗੋਤਾਖੋਰਾਂ ਦੀ ਟੀਮ ਔਰ ਇਸ ਦੇ ਨਾਲ ਹੀ ਜਿਹੜਾ ਹੈਗਾ ਲਗਾਤਾਰ ਅਲੱਗ ਅਲੱਗ ਕੋਸ਼ਿਸ਼ਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਭਾਲ ਦੇ ਵਿੱਚ ਕੀਤੀਆਂ ਜਾ ਰਹੀਆਂ ਸੀ। ਜਿਸ ਤੋਂ ਬਾਅਦ ਕਰੀਬ 3 ਦਿਨ ਜਿਹੜਾ ਸੀਗਾ ਇਹ ਕੱਲ ਤੱਕ ਆਪਰੇਸ਼ਨ ਚੱਲਦਾ ਰਿਹਾ। ਇਸ ਸਰਚ ਅਭਿਆਨ ਦੌਰਾਨ ਜਿਹੜਾ ਹੈਗਾ ਕਿਸੇ ਵੀ ਨੌਜਵਾਨ ਦੀ ਜਿਹੜੀ ਸੀਗੀ ਮ੍ਰਿਤਕ ਦੇਹ ਬਰਾਮਦ ਨਹੀਂ ਹੋ ਸਕੀ। ਇਸ ਦੇ ਵਿੱਚ ਇਹ ਵੀ ਸਪਸ਼ਟ ਕਰ ਦਈਏ ਕਿ ਦੂਸਰੇ ਦਿਨ ਤੋਂ ਬਾਬਾ ਦੀਪ ਸਿੰਘ ਸੇਵਾ ਦਲ ਗਰਦੀਵਾਲਾ ਤੋਂ ਮੁੱਖ ਸੇਵਾਦਾਰ ਬਾਬਾ ਮਨਜੋਤ ਸਿੰਘ ਦੇ ਨਾਲ ਜਿਹੜੇ ਸਥਾਨਕ ਗੋਤਾਖੋਰਾਂ ਦੀ ਵਿਸ਼ੇਸ਼ ਟੀਮ ਹੈਗੀ ਹੈ, ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਲਗਾਤਾਰ ਇਸ ਸਰਚ ਅਭਿਆਨ ਦਾ ਹਿੱਸਾ ਬਣ ਕੇ ਜੋ ਲਾਪਤਾ ਹੋਏ ਨੌਜਵਾਨ ਸੀਗੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ। ਔਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ 4ਥੇ ਦਿਨ ਜਦੋਂ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਤਾਂ ਇਸ ਦੌਰਾਨ ਪਹਿਲੀ ਮ੍ਰਿਤਕ ਦੇ ਜਿਹੜੀ ਹੈਗੀ ਹੈ ਉਹ ਗੋਂਦਵਾਲ ਸਾਹਿਬ ਦੇ ਨੇੜਿਓਂ ਜਿਹੜਾ ਹੈਗਾ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਇੱਕ ਹੋਰ ਮ੍ਰਿਤਕ ਦੇ ਜਿਹੜੀ ਹੈਗੀ ਹੈ ਉਹ ਅੱਜ ਦੇ ਸਰਚ ਅਭਿਆਨ ਦੌਰਾਨ ਹੁਣ ਤੱਕ ਦੇਰ ਸ਼ਾਮ ਬਰਾਮਦ ਹੋਈ ਹੈ। ਇਸ ਬਰਾਮਦਗੀ ਦੀ ਜਿਹੜੀ ਸੂਚਨਾ ਹੈਗੀ ਹੈ ਉਹ ਬਾਬਾ ਦੀਪ ਸਿੰਘ ਸੇਵਾ ਦਲ ਗਰਦੀਵਾਲ ਦੇ ਸੇਵਾਦਾਰ ਮਨਜੋਤ ਸਿੰਘ ਵੱਲੋਂ ਫੋਨ ਦੇ ਉੱਤੇ ਜਾਣਕਾਰੀ ਦਿੰਦਿਆਂ ਸਾਂਝੀ ਕੀਤੀ ਗਈ ਹੈ। ਔਰ ਇਸ ਦੇ ਨਾਲ ਹੀ ਇਸ ਦੀ ਪੁਸ਼ਟੀ ਕੀਤੀ ਗਈ ਹੈਗੀ ਹੈ ਔਰ ਉਸ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਹੁਣ ਤੱਕ ਜੋ ਸਾਡਾ ਰਾਬਤਾ ਹੋਇਆ ਉਸ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਹੁਣ ਤੱਕ 2 ਮ੍ਰਿਤਕ ਦੇਹਾਂ ਜਿਹੜੀਆਂ ਨੇ ਨੌਜਵਾਨਾਂ ਦੀਆਂ ਉਹ ਬਰਾਮਦ ਹੋ ਚੁੱਕੀਆਂ ਨੇ ਔਰ ਰਹਿੰਦੇ 2 ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਜਿਹੜੀਆਂ ਨੇ ਉਹਨਾਂ ਨੂੰ ਬਰਾਮਦ ਕਰਨ ਦੇ ਲਈ ਹਾਲੇ ਵੀ ਜਿਹੜਾ ਸਰਚ ਅਭਿਆਨ ਜਿਹੜਾ ਹੈਗਾ ਉਹ ਜਾਰੀ ਹੈਗਾ। ਕਰੀਬ 7 ਵਜੇ ਦਾ ਸਮਾਂ ਹੋਣ ਜਾ ਰਿਹਾ ਔਰ ਹੁਣ ਤੱਕ ਜਿਹੜਾ ਅੱਜ ਦਾ ਜਿਹੜਾ ਇਹ 4ਥਾ ਦਿਨ ਹੈਗਾ ਔਰ 4ਥੇ ਦਿਨ 'ਚ ਵੀ ਸਰਚ ਅਭਿਆਨ ਜਿਹੜਾ ਹੈਗਾ ਉਹ ਜਾਰੀ ਹੈਗਾ। ਰੈਸਕਿਊ ਆਪਰੇਸ਼ਨ ਦੇ ਦੌਰਾਨ ਜਿਹੜੀਆਂ ਮ੍ਰਿਤਕ ਦੇਹਾਂ ਹੈਗੀਆਂ ਉਹਨਾਂ ਨੂੰ ਕੱਢਿਆ ਜਾ ਰਿਹਾ ਹੈਗਾ ਔਰ 2 ਮ੍ਰਿਤਕ ਦੇਹਾਂ ਤੋਂ ਬਾਅਦ ਹੁਣ ਜਿਹੜਾ ਹੈਗਾ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ
ਕਹਿ ਸਕਦੇ ਹਾਂ ਕਿ ਏਰੀਆ ਗੋਇੰਦਵਾਲ ਸਾਹਿਬ ਦੇ ਨਾਲ ਸੰਬੰਧਿਤ ਹੋਣ ਕਾਰਨ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਉੱਥੇ ਗਏ ਹੋਏ ਨੇ ਔਰ ਦੇਰ ਰਾਤ ਤੱਕ ਜਿਹੜਾ ਹੈਗਾ ਇਸ ਰੈਸਕਿਊ ਆਪਰੇਸ਼ਨ ਦੌਰਾਨ ਰਹਿੰਦੇ ਦੋ ਨੌਜਵਾਨਾਂ ਦੇ ਮ੍ਰਿਤਕ ਦੇਹਾਂ ਜਿਹੜੀਆਂ ਨੇ ਉਹ ਵੀ ਬਰਾਮਦ ਹੋ ਸਕਦੀਆਂ ਨੇ।